ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਵੈਲਕਮ ਟੂ ਸੰਧੂ ਫੈਮਿਲੀ ਵਲੌਗ। ਅੱਜ ਆਪਾਂ ਬਣਾਵਾਂਗੇ ਜੀ ਭਰਮੀ ਭਿੰਡੀ। ਭਰਮੀ ਭਿੰਡੀ ਜਿਹੜੀ ਰੈਸਪੀ ਆ ਬਹੁਤ ਹੀ ਕੁਇਕ ਐਂਡ ਈਜ਼ੀ ਰੈਸਪੀ ਹੈ। ਚਲੋ ਆਓ ਤੁਹਾਡੇ ਨਾਲ ਸ਼ੇਅਰ ਕਰਦੇ ਹਾਂ। ਭਰਮੀ ਭਿੰਡੀ ਬਣਾਉਣ ਵਾਸਤੇ ਆਪਾਂ ਫਰੈਸ਼ ਭਿੰਡੀ ਲਈ ਹੈ ਤੇ ਨਾਲ ਹੀ ਵਿੱਚ ਜਿਹੜੀ ਆਪਾਂ ਫਿਲਿੰਗ ਪਾਉਣੀ ਹੈ ਮਸਾਲੇ, ਉਹਦੇ ਲਈ ਆਪਾਂ ਧਨੀਆ ਪਾਊਡਰ ਲਿਆ 3 ਚਮਚ, ਜੀਰਾ ਕਰਸ਼ ਕਰ ਲਿਆ ਹੋਇਆ ਆਪਾਂ 1 ਚਮਚ, ਵਿੱਚ ਆਪਾਂ ਪਾਵਾਂਗੇ ਨਮਕ, ਲਾਲ ਮਿਰਚ ਪਾਊਡਰ, ਹਲਦੀ ਤੇ ਗਰਮ ਮਸਾਲਾ। ਸਭ ਤੋਂ ਪਹਿਲਾਂ ਆਪਾਂ ਭਿੰਡੀ ਕੱਟ ਲੈਂਦੇ ਹਾਂ। ਭਿੰਡੀ ਨੂੰ 2 ਸਾਈਡਾਂ ਤੋਂ ਕੱਟ ਲੈਣਾ। ਉਸ ਤੋਂ ਬਾਅਦ ਦੋਵਾਂ ਸਾਈਡਾਂ ਤੋਂ ਥੋੜਾ ਥੋੜਾ ਛੱਡ ਕੇ ਆਪਾਂ ਕੱਟ ਪਾ ਲੈਣਾ ਵਿੱਚ। ਜੇ ਭਿੰਡੀ ਜ਼ਿਆਦਾ ਲੰਮੀ ਹੈ ਤਾਂ ਤੁਸੀਂ ਸੈਂਟਰ ਚੋਂ ਹਾਫ ਵੀ ਕਰ ਸਕਦੇ ਹੋ ਤੇ ਉਸੇ ਤਰ੍ਹਾਂ ਹੀ ਆਪਾਂ ਕੱਟ ਪਾ ਲੈਣਾ। ਇਸੇ ਤਰ੍ਹਾਂ ਆਪਾਂ ਸਾਰੀ ਭਿੰਡੀ ਪਹਿਲਾਂ ਕੱਟ ਕੇ ਤਿਆਰ ਕਰ ਲੈਂਦੇ ਹਾਂ। ਲਓ ਜੀ, ਭਿੰਡੀ ਆਪਾਂ ਸਾਰੀ ਕੱਟ ਲਈ ਹੋਈ ਹੈ ਤੇ ਵਿੱਚ ਆਪਾਂ ਕੱਟ ਵੀ ਪਾ ਲਏ ਹੋਏ ਆ। ਹੁਣ ਆਪਾਂ ਇਹਨੂੰ ਰੱਖਾਂਗੇ ਸਾਈਡ ਤੇ ਮਸਾਲਾ ਤਿਆਰ ਕਰਾਂਗੇ। ਸਭ ਤੋਂ ਪਹਿਲਾਂ ਜਿਹੜਾ ਆਪਾਂ ਧਨੀਆ ਪਾਊਡਰ ਲਿਆ 1 ਕੌਲੀ ਵਿੱਚ ਪਾ ਲਵਾਂਗੇ। ਨਾਲ ਹੀ ਜੀਰਾ, ਉਸ ਤੋਂ ਬਾਅਦ 1/2 ਟੇਬਲ ਸਪੂਨ ਹਲਦੀ, ਲਾਲ ਮਿਰਚ ਪਾਊਡਰ ਤੁਸੀਂ ਆਪਦੇ ਟੇਸਟ ਦੇ ਅਕੋਰਡਿੰਗ ਪਾਉਣਾ ਹੈ, ਨਮਕ ਇਹ ਵੀ ਆਪਦੇ ਟੇਸਟ ਦੇ ਅਕੋਰਡਿੰਗ ਤੇ ਗਰਮ ਮਸਾਲਾ 1/2 ਚਮਚ। ਇਹਨਾਂ ਨੂੰ ਆਪਾਂ ਚੰਗੀ ਤਰ੍ਹਾਂ ਰਲਾ ਲਵਾਂਗੇ। ਸਾਰੀਆਂ ਚੀਜ਼ਾਂ ਰਲਾਉਣ ਤੋਂ ਬਾਅਦ ਆਪਾਂ ਥੋੜ੍ਹਾ ਜਿਹਾ ਵਿੱਚ ਕੁਕਿੰਗ ਓਇਲ ਪਾ ਦੇਵਾਂਗੇ। ਤੁਸੀਂ ਕੋਈ ਵੀ ਕੁਕਿੰਗ ਓਇਲ ਯੂਜ਼ ਕਰ ਸਕਦੇ ਹੋ, ਤਕਰੀਬਨ 2 ਚਮਚ। ਇਹਨੂੰ ਵੀ ਚੰਗੀ ਤਰ੍ਹਾਂ ਮਿਕਸ ਕਰ ਦੇਵਾਂਗੇ। ਮਸਾਲਾ ਰਲਾਉਣ ਤੋਂ ਬਾਅਦ ਆਪਾਂ ਭਿੰਡੀਆਂ 'ਚ ਭਰ ਲਵਾਂਗੇ। ਇਸੇ ਤਰ੍ਹਾਂ ਹੀ ਆਪਾਂ ਸਾਰੀਆਂ ਪਹਿਲਾਂ ਭਿੰਡੀਆਂ 'ਚ ਮਸਾਲਾ ਭਰ ਕੇ ਤਿਆਰ ਕਰ ਲੈਣਾ। ਆਪਾਂ ਸਾਰੀਆਂ ਭਿੰਡੀਆਂ ਜਿਹੜੀਆਂ ਮਸਾਲੇ ਨਾਲ ਭਰ ਲਈਆਂ ਹੋਈਆਂ ਤੇ ਥੋੜਾ ਜਿਹਾ ਮਸਾਲਾ ਜਿਹੜਾ ਆਪਣਾ ਬਚ ਗਿਆ, ਇਹ ਆਪਾਂ ਉੱਪਰ ਦੀ ਸਪ੍ਰਿੰਕਲ ਕਰਾਂਗੇ ਬਾਅਦ ਵਿੱਚ। ਹੁਣ ਆਪਾਂ ਇਹਨਾਂ ਨੂੰ ਫਰਾਈ ਕਰਦੇ ਹਾਂ। ਭਿੰਡੀਆਂ ਨੂੰ ਫਰਾਈ ਕਰਨ ਵਾਸਤੇ ਆਪਾਂ ਇੱਕ ਪੈਨ ਲਿਆ ਤੇ ਵਿੱਚ ਥੋੜਾ ਜਿਹਾ ਕੁਕਿੰਗ ਓਇਲ ਪਾ ਲਿਆ ਹੋਇਆ। ਤੁਸੀਂ ਕੋਈ ਵੀ ਕੁਕਿੰਗ ਓਇਲ ਲੈ ਸਕਦੇ ਹੋ, ਸਰੋਂ ਦਾ ਤੇਲ ਵੀ ਲੈ ਸਕਦੇ ਹੋ। ਜਦੋਂ ਆਪਣਾ ਤੇਲ ਗਰਮ ਹੋ ਜੂਗਾ ਤੇ ਆਪਾਂ ਵਿੱਚ ਭਿੰਡੀਆਂ ਪਾਵਾਂਗੇ। ਤੇਲ ਜਿਹੜਾ ਉਹ ਗਰਮ ਹੋ ਚੁੱਕਾ ਹੈ ਜੀ, ਹੁਣ ਆਪਾਂ ਭਿੰਡੀਆਂ ਵਿੱਚ ਪਾ ਦੇਵਾਂਗੇ। ਭਿੰਡੀਆਂ ਵਿੱਚ ਪਾ ਕੇ ਆਪਾਂ ਜਿਹੜਾ ਚੁੱਲ੍ਹੇ ਦਾ ਸੇਕ ਉਹ ਮੀਡੀਅਮ ਤੇ ਕਰ ਦੇਣਾ ਹੈ ਤੇ ਇਹਨਾਂ ਨੂੰ ਇਸ ਤਰ੍ਹਾਂ ਹੀ ਕਵਰ ਕਰਕੇ ਨਹੀਂ ਪਕਾਉਣਾ, ਇਸ ਤਰ੍ਹਾਂ ਹੀ ਪਕਾਉਣਾ ਹੈ ਤੇ ਥੋੜੇ ਥੋੜੇ ਟਾਈਮ ਬਾਅਦ ਇਹਨਾਂ ਦੀ ਸਾਈਡ ਜਿਹੜੀ ਉਹ ਚੇਂਜ ਕਰਦੇ ਰਹਿਣਾ। ਜਦੋਂ ਇਸ ਤਰ੍ਹਾਂ ਇੱਕ ਸਾਈਡ ਤੋਂ ਪੱਕ ਜੂਗੀ ਤੇ ਤੁਸੀਂ ਇਹਦੀ ਸਾਈਡ ਚੇਂਜ ਕਰ ਦੇਣੀ ਹੈ ਤੇ ਮੱਠੇ ਮੱਠੇ ਸੇਕ ਤੇ ਇਹਨੂੰ ਪਕਾਉਣਾ। ਤੇ ਜਿਹੜਾ ਬਚਿਆ ਹੋਇਆ ਮਸਾਲਾ ਸੀ ਉਹ ਵੀ ਆਪਾਂ ਉੱਪਰ ਸਪ੍ਰਿੰਕਲ ਕਰ ਦਿਆਂਗੇ ਤੇ ਚੰਗੀ ਤਰ੍ਹਾਂ ਕੋਟ ਕਰ ਦਿਆਂਗੇ। ਲਓ ਜੀ, ਭਰਮੀ ਭਿੰਡੀ ਬਣ ਕੇ ਬਿਲਕੁਲ ਰੈਡੀ ਹੋ ਚੁੱਕੀ ਹੈ।
ਭਿੰਡੀ ਦਾ ਕਲਰ ਜਿਹੜਾ ਉਹ ਬਿਲਕੁਲ ਗੋਲਡਨ ਬਰਾਊਨ ਹੋ ਚੁੱਕਾ। ਹੁਣ ਇਸ ਟਾਈਮ ਤੇ ਆਪਾਂ ਗੈਸ ਕਰ ਦਿਆਂਗੇ ਬੰਦ ਤੇ ਭਿੰਡੀ ਨੂੰ ਆਪਾਂ ਇੱਕ ਪਲੇਟ ਵਿੱਚ ਕੱਢ ਲਵਾਂਗੇ। ਲਓ ਜੀ ਬਹੁਤ ਹੀ ਥੋੜੇ ਟਾਈਮ ਚ ਆਪਣੀ ਭਰਮੀ ਭਿੰਡੀ ਬਣ ਕੇ ਬਿਲਕੁਲ ਰੈਡੀ ਹੋ ਚੁੱਕੀ ਹੈ, ਬਹੁਤ ਹੀ ਟੇਸਟੀ ਬਣੀ ਹੈ। ਤੇ ਤੁਹਾਨੂੰ ਮੇਰਾ ਇਹ ਭਿੰਡੀ ਬਣਾਉਣ ਦਾ ਤਰੀਕਾ ਕਿੱਦਾਂ ਦਾ ਲੱਗਾ ਤੁਸੀਂ ਮੇਰੇ ਨਾਲ ਕਮੈਂਟ ਚ ਜ਼ਰੂਰ ਸ਼ੇਅਰ ਕਰਿਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਜ਼ਰੂਰ ਕਰਿਆ ਕਰੋ ਤੇ ਜਿਹੜੇ ਨਵੇਂ ਆਏ ਸਾਡੇ ਚੈਨਲ ਤੇ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਓ। ਚਲੋ ਜੀ ਮਿਲਦੇ ਹਾਂ ਕਿਸੇ ਨੈਕਸਟ ਵੀਡੀਓ ਚ ਕਿਸੇ ਨਵੀਂ ਰੈਸਪੀ ਦੇ ਨਾਲ। ਥੈਂਕ ਯੂ ਸੋ ਮੱਚ, ਰੱਬ ਰੱਖਾ।